ਅਸੀਂ ਜਦੋਂ ਸਕੂਲ 'ਚ ਚੱਲਣ ਲੱਗੇ ਸੀਗੇ, ਮੈਂ ਸਾਰਿਆਂ ਨੂੰ ਕਿਹਾ ਸੀ ਵੀ ਸਰ ਸਮੈਲ ਆ ਰਹੀ ਹੈ, ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਮੈਂ ਸ਼ੀਸ਼ਾ ਭੰਨ ਕੇ ਜਲਦੀ ਜਲਦੀ ਥੋੜ੍ਹਾ ਜਿਹਾ ਸ਼ੀਸ਼ਾ ਭੰਨਿਆ ਗਿਆ, ਉਹਦੇ ਵਿੱਚੋਂ ਮੈਂ ਆਪ ਨਿਕਲੀ, ਫਿਰ ਚਾਰ ਬੱਚਿਆਂ ਨੂੰ ਮੈਨੇ ਕੱਢਿਆ। ਇਹ ਤਾਂ ਰਾਤ ਹੀ ਲੈ ਕੇ ਆਏ ਨੇ ਪ੍ਰਿੰਸੀਪਲ ਸਰ, ਅਤੇ ਜਿਹੜੇ ਮਿਊਜ਼ਿਕ ਕਰਾਉਂਦੇ ਨੇ ਉਹ ਸਰ ਰਾਤ ਹੀ ਨਵੀਂ ਬੈਂਡ ਲੈ ਕੇ ਆਏ ਨੇ, ਪਹਿਲਾ ਰਾਊਂਡ ਸਾਡੇ ਲਗਾਇਆ ਸੀ ਉਹਨਾਂ ਨੇ। ਬੀਤੇ ਦਿਨ ਸੰਗਰੂਰ 'ਚ ਸਕੂਲ ਵੈਨ 'ਚੋਂ ਚਾਰ ਬੱਚਿਆਂ ਦੀ ਜ਼ਿੰਦਗੀ ਬਚਾ ਜਿੰਦਾ ਬਾਹਰ ਨਿਕਲੀ ਬੱਚੀ ਨੇ ਵੱਡੇ ਖੁਲਾਸੇ ਕੀਤੇ ਨੇ। ਬੱਚੀ ਨੇ ਦੱਸਿਆ ਕਿ ਬੀਤੇ ਦਿਨ ਹੀ ਸਕੂਲ ਵੱਲੋਂ ਵੈਨ ਖਰੀਦੀ ਗਈ ਸੀ ਅਤੇ ਇਸ ਦਾ ਡਰਾਈਵਰ ਵੀ ਇੱਕ ਸਕੂਲ 'ਚ ਮਿਊਜ਼ਿਕ ਸਿਖਾਉਣ ਵਾਲਾ ਟੀਚਰ ਹੈ, ਜਿਸ ਨੇ 10 ਦਿਨ ਪਹਿਲਾਂ ਹੀ ਸਕੂਲ 'ਚ ਪੜਾਉਣਾ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਬੱਚੀ ਨੇ ਦੱਸਿਆ ਕਿ ਸਕੂਲ 'ਚੋਂ ਨਿਕਲਦੇ ਹੀ ਵੈਨ 'ਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਸੀ, ਜਿਸ ਬਾਰੇ ਉਹਨਾਂ ਵੱਲੋਂ ਸਰ ਨੂੰ ਦੱਸਿਆ ਵੀ ਗਿਆ, ਪਰ ਉਹਨਾਂ ਬੱਚਿਆਂ ਦੀ ਇੱਕ ਗੱਲ ਨਾ ਸੁਣੀ, ਜਿਸ ਦੀ ਅਣਗਹਿਲੀ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ। ਜਿਹੜਾ ਆ ਜਾਨ ਜੋਖਮ ਦੇ ਵਿੱਚ ਬਾਲ ਡਾਲ ਕੇ ਕਿੰਨੇ ਬੱਚਿਆਂ ਨੂੰ ਜਿਹੜਾ ਬਚਾਇਆ, ਕਿਵੇਂ ਬੈਂਡ ਦਾ ਸ਼ੀਸ਼ੇ ਤੋੜੇ? ਮਤਲਬ ਜਦੋਂ ਅਸੀਂ ਬੈਂਡ ਤੋਂ ਅਸੀਂ ਜਦੋਂ ਸਕੂਲ 'ਚ ਚੱਲਣ ਲੱਗੇ ਸੀਗੇ, ਮੈਂ ਸਾਰਿਆਂ ਨੂੰ ਕਿਹਾ ਸੀ ਵੀ ਸਰ ਸਮੈਲ ਆ ਰਹੀ ਹੈ, ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਥੋੜ੍ਹੀ ਜਿਹੀ ਅੱਗੇ ਗਏ, ਆਵਾਜ਼ ਜ਼ਿਆਦਾ ਆਉਣ ਲੱਗ ਗਈ ਬੈਂਡ ਦੀ, ਇੱਕੋ ਦਮ ਜਦੋਂ ਜ਼ਿਆਦਾ ਆਵਾਜ਼ ਆਉਣ ਲੱਗ ਗਈ, ਸਰ ਦੇਖਣ ਲੱਗ ਗਏ ਵੀ ਤੁਸੀਂ ਬੈਠੇ ਰਹੋ, ਮੈਂ ਦੇਖਦਾ ਗੱਡੀ ਖਰਾਬ ਹੋ ਗਈ। ਉਹ ਸਰ ਦੇ ਦੇਖਦੇ ਦੇਖਦੇ ਜ਼ਿਆਦਾ ਅੱਗ ਲੱਗ ਗਈ, ਫਿਰ ਅਸੀਂ ਮੈਂ ਸਰ ਨੂੰ ਕਿਹਾ, ਮੈਂ ਕਿਹਾ ਸਰ ਨੇ ਵੀ ਕੋਈ ਗੱਲ ਸੁਣੀ? ਸਰ ਉੱਧਰ ਜਿਹੜੇ ਅੱਗੇ ਬੱਚੇ ਬੈਠੇ ਸੀ ਉਹਨਾਂ ਨੂੰ ਦੇਖਣ ਲੱਗ ਗਏ। ਮੈਂ ਸ਼ੀਸ਼ਾ ਭੰਨ ਕੇ ਜਲਦੀ ਜਲਦੀ ਥੋੜ੍ਹਾ ਜਿਹਾ ਸ਼ੀਸ਼ਾ ਭੰਨਿਆ ਗਿਆ, ਉਹਦੇ ਵਿੱਚੋਂ ਮੈਂ ਆਪ ਨਿਕਲੀ, ਫਿਰ ਚਾਰ ਬੱਚਿਆਂ ਨੂੰ ਮੈਨੇ ਕੱਢਿਆ, ਫਿਰ ਜ਼ਿਆਦਾ ਅੱਗ ਹੋ ਗਈ, ਬਾਕੀਆਂ ਦਾ ਨਹੀਂ ਪਤਾ ਲੱਗਿਆ। ਫਿਰ ਉਹਨਾਂ ਨੂੰ ਮੈਂ ਸਕੂਲ 'ਚ ਲੈ ਕੇ ਆ ਗਈ ਸੀ, ਉਹ ਜ਼ਿਆਦਾ ਘਬਰਾ ਗਏ ਸੀ, ਰੋਣ ਲੱਗ ਗਏ ਸੀਗੇ। ਜੇ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਚੱਲ ਰਹੀ ਸੀ ਤੁਹਾਡੇ ਸਕੂਲ? ਇਹ ਤਾਂ ਰਾਤ ਹੀ ਲੈ ਕੇ ਆਏ ਨੇ ਪ੍ਰਿੰਸੀਪਲ ਸਰ, ਅਤੇ ਜਿਹੜੇ ਮਿਊਜ਼ਿਕ ਕਰਾਉਂਦੇ ਨੇ ਉਹ ਸਰ ਰਾਤ ਹੀ ਨਵੀਂ ਬੈਨ ਲੈ ਗਏ ਨੇ, ਪਹਿਲਾ ਰਾਊਂਡ ਸਾਡੇ ਲਗਾਇਆ ਸੀ ਉਹਨਾਂ ਨੇ। ਜਦੋਂ ਬੈਨ ਨੂੰ ਅੱਗ ਲੱਗੀ ਹੈ, ਕਿੰਨਾ ਕੁ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਸੀਗਾ? ਹੋਰ ਤਾਂ ਕੁਛ ਨਹੀਂ ਪਤਾ ਚੱਲ ਰਿਹਾ ਸੀ ਵੀ ਕੀ ਕਰਨਾ ਕੀ ਕਰੀਏ। ਉਹ ਪਤਾ ਨਹੀਂ, ਨੀਚੇ ਕੋਈ ਗੱਡੀ ਦੇ ਵਿੱਚ ਚੀਜ਼ ਸੀਗੀ, ਉਹਦੇ ਨਾਲ ਥੋੜ੍ਹਾ ਜਿਹਾ ਸ਼ੀਸ਼ਾ ਭੰਨਿਆ ਗਿਆ ਹੈਗਾ, ਉਹਦੇ ਵਿੱਚੋਂ ਅਸਾਂ ਨਿਕਲਿਆਂਗੇ। ਜਿਹੜੇ ਤੁਹਾਡੇ ਡਰਾਈਵਰ ਸੀਗੇ ਇਸ ਵੈਨ ਦੇ, ਉਹ ਤੁਹਾਨੂੰ ਟੀਚ ਵਗੈਰਾ ਵੀ ਕਰਾਉਂਦੇ ਸੀਗੇ? ਹਾਂਜੀ, ਉਹਨਾਂ ਨੂੰ ਵੀ ਥੋੜ੍ਹਾ ਟਾਈਮ ਹੋਇਆ ਲੱਗੇ ਨੂੰ ਸਕੂਲ, ਹਜੇ 10 ਕੁ ਦਿਨ ਹੀ ਹੋਏ ਨੇ। ਕੀ ਕਰਾਉਂਦੇ ਸੀ? ਉਹ ਮਿਊਜ਼ਿਕ ਕਰਾਉਂਦੇ ਨੇ, ਉਹਨਾਂ ਦੀ ਵਾਈਫ ਵੀ ਲੱਗੀ ਹੋਈ ਸੀਗੀ, ਉਹ ਸਾਇੰਸ ਕਰਾਉਂਦੀ ਹੈ। ਅਤੇ ਜਦੋਂ ਵੈਨ ਨੂੰ ਅੱਗ ਲੱਗੀ ਹੈ, ਜਿਹੜੇ ਉਹ ਬੱਚੇ ਸੀਗੇ ਜਲੇ ਸੀਗੇ ਜਾਂ ਤੁਹਾਡੇ ਨਾਲ ਹੋਰ ਸੀਗੇ, ਬੱਚਿਆਂ ਨੇ ਰੋਇਆ ਕਰਾਇਆ ਆਪਦੇ ਬੱਚਿਆਂ? ਹਾਂਜੀ, ਉਹ ਬਹੁਤ ਰੋਏ ਸੀਗੇ, ਫਿਰ ਇਸ ਕਰਕੇ ਮੈਂ ਉਹਨਾਂ ਨੂੰ ਸਕੂਲ 'ਚ ਲੈ ਆਈ ਸੀ। ਮੈਮ ਕਹਿੰਦੇ ਸੀ ਵੀ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਕੇ ਫਿਰ ਸਕੂਲ 'ਚ ਲੈ ਆਏ ਸੀ, ਬਾਕੀ ਜਿਹੜੇ ਵਿੱਚ ਰਹਿ ਗਏ ਸੀ ਉਹਨਾਂ ਦਾ ਨਹੀਂ ਪਤਾ ਹੈਗਾ। ਕੀ ਮਾਣ ਮਹਿਸੂਸ ਕਰਦੇ ਹੋ ਤੁਸੀਂ ਬੱਚਿਆਂ ਦੀ ਜਾਨ ਬਚਾਈਏ? ਹਾਂਜੀ। ਕੀ ਤੁਹਾਨੂੰ ਲੱਗ ਰਿਹਾ ਸੀ ਵੀ ਚਾਰ ਬੱਚਿਆਂ ਤੁਸੀਂ ਜ਼ਿੰਦਗੀ ਬਚਾ ਲਈ, ਹੋਰ ਬੱਚਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ? ਮੈਂ ਕੀਤੀ ਸੀਗੀ ਬਹੁਤ, ਪਰ ਉਹ ਜਦੋਂ ਜ਼ਿਆਦਾ ਉਹ ਹੋ ਗਿਆ ਫਿਰ ਕੁਛ ਨਹੀਂ ਪਤਾ ਚੱਲਿਆ ਹੈਗਾ ਗਾ। ਦੱਸ ਦਈ ਕਿ ਇਸ ਹਾਦਸੇ 'ਚ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਇਸ ਬੱਚੀ ਨੇ ਜਿਉਂਦਾ ਬਚੇ 8 ਬੱਚਿਆਂ 'ਚੋਂ 4 ਬੱਚਿਆਂ ਦੀ ਜਾਨ ਬਚਾਈ ਸੀ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਬੱਚੀ ਨੂੰ ਸ਼ਾਬਾਸ਼ ਦਿੱਤੀ ਗਈ ਹੈ। ਸੰਗਰੂਰ ਤੋਂ ਸਚਿਨ ਤੰਜਸ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।